ਪਿਛਲੇ ਦਿਨਾਂ 'ਚ ਜਦੋਂ ਰਾਮ ਰਹੀਮ ਨੂੰ ਬੇਲੋੜੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ, ਜਿਹਦੇ ਵਿੱਚ ਪਰੋਲ, ਜਿਹਦੇ ਵਿੱਚ ਉਹਨੂੰ ਛੁੱਟੀ ਜਿਹੜੀ ਆ ਫਰਲੋ ਜਿਹਨੂੰ ਕਹਿੰਦੇ ਆ, ਉਹ ਲਗਾਤਾਰ ਦਿੱਤੀ ਜਾਂਦੀ ਰਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹਾਈਕੋਰਟ ਦੇ ਵਿੱਚ ਇੱਕ ਅਪੀਲ ਲਾਈ ਸੀ। ਉਹ ਅਪੀਲ ਕਰੀਬ ਮੈਂ ਡੇਟ ਸ਼ਾਇਦ ਅੱਜ ਨਾ ਕਲੀਅਰ ਦੱਸ ਸਕਦਾ ਵਾਂ, ਇੱਕ ਸਾਲ ਦੇ ਕਰੀਬ ਉਹ ਸਾਰਾ ਕੁਛ ਹੋ ਚੁੱਕਿਆ। ਇਸ ਇੱਕ ਸਾਲ ਦੇ ਸਮੇਂ ਦੇ ਅੰਦਰ ਬਹੁਤ ਵਾਰ ਜਿਹੜਾ ਸੌਦਾ ਸਾਧ ਨੇ ਰਾਮ ਰਹੀਮ ਹੈ ਉਹ ਬਾਹਰ ਆਉਂਦੇ ਆ ਅਤੇ ਆ ਕੇ ਉਹ ਇੱਥੇ ਹਰਿਆਣਾ ਸਰਕਾਰ ਦੇ ਜਿਹੜੇ ਸੂਬਾ ਪੱਧਰੀ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮੁੱਖ ਮਹਿਮਾਨ ਵੀ ਬਣਦੇ ਆ ਅਤੇ ਜਿਹੜੇ ਹਰਿਆਣਾ ਦੇ ਵਿੱਚ MLA ਨੇ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਉਹ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕਿ ਵਰਚੁਅਲ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਪਿਤਾ ਜੀ ਦੇ ਤੌਰ 'ਤੇ ਸੰਬੋਧਨ ਕਰਕੇ ਬਹੁਤ ਸਾਰੀਆਂ ਫੇਵਰ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਆ। ਸੋ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਭਾਵੇਂ ਇਹ ਗੱਲ ਅਸੀਂ ਮੰਨ ਚੁੱਕੇ ਹਾਂ ਕਿ ਸਿੱਖਾਂ ਦੇ ਨਾਲ ਜਿਹੜਾ ਇਸ ਦੇਸ਼ ਦਾ ਵਤੀਰਾ ਵਾ ਉਹ ਇੱਕ ਨੁਕਾਤੀ ਹੈ ਕਿ ਉਹ ਸਿੱਖਾਂ ਦੇ ਮਾਮਲੇ ਨੂੰ ਲੈ ਕੇ ਕਦੇ ਵੀ ਸਰਕਾਰਾਂ ਗੰਭੀਰ ਨਹੀਂ ਹੋਈਆਂ, ਚਾਹੇ ਕਾਂਗਰਸ ਆ ਚਾਹੇ ਮੌਜੂਦਾ ਭਾਜਪਾ ਸਰਕਾਰ ਆ। ਪਰ ਇੱਕ ਗੱਲ ਇਹ ਨਹੀਂ ਸਮਝ ਲੱਗੀ ਕਿ ਜਿਸ ਦੇਸ਼ ਦੇ ਕਾਨੂੰਨ ਨੇ, ਜਿਸ ਦੇਸ਼ ਦੀ ਨਿਆਂਪਾਲਿਕਾ ਨੇ ਕਿਸੇ ਵਿਅਕਤੀ ਨੂੰ ਉਸ ਦੇ ਦੋਸ਼ਾਂ ਅਧੀਨ ਬਲਾਤਕਾਰ ਦੇ ਦੋਸ਼ ਹੈ ਜਾਂ ਕਿ ਨਾ ਕਤਲ ਦਾ ਦੋਸ਼ ਹੈ ਜਾਂ ਹੋਰ ਦੋਸ਼ ਪੈਂਡਿੰਗ ਨੇ ਉਹਨਾਂ ਦੇ ਅਧੀਨ ਸੰਗੀਨ ਜੁਰਮ ਦੇ ਅਧੀਨ ਉਹਨੂੰ ਸਜ਼ਾ ਦਿੱਤੀ ਗਈ ਹੋਵੇ ਅਤੇ ਉਹ ਇਸ ਤਰ੍ਹਾਂ ਵਿਚਰੇ ਜਿਸ ਤਰ੍ਹਾਂ ਕੋਈ ਬਹੁਤ ਮਹਾਨ ਇੱਕ ਦਾਰਸ਼ਨਿਕ ਵਿਅਕਤੀ ਹੁੰਦਾ ਜਿਹੜਾ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੰਦਾ। ਸਾਨੂੰ ਇਸ ਗੱਲ 'ਤੇ ਬੜਾ ਅਫਸੋਸ ਸੀ ਅਤੇ ਅਸੀਂ ਇਹ ਸਮਝਦੇ ਸੀ ਕਿ ਜਿਹੜੀ ਨਿਆਂਪਾਲਿਕਾ ਵਾ ਉਹ ਆਪਣੇ ਆਪ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੜੀ ਉਹ ਨਿਹੱਥੀ ਹੋ ਕੇ ਬੈਠੀ ਦਿਖਾਈ ਦੇ ਰਹੀ ਆ। ਪਰ ਅੱਜ ਹਾਈਕੋਰਟ ਵੱਲੋਂ ਇਹ ਗੱਲ ਕਹੀ ਜਾਣੀ, ਭਾਵੇਂ ਕਿ ਬਹੁਤ ਦੇਰ ਬਾਅਦ ਇਸ ਗੱਲ ਦਾ ਧਿਆਨ ਕੀਤਾ ਗਿਆ, ਚੰਗੀ ਗੱਲ ਆ ਕਿ ਉਹਨਾਂ ਨੇ ਕਿਹਾ ਕਿ ਹੋਰ ਕਿਸੇ ਨੂੰ ਕੀ ਦਿੱਤੀ ਜਾਂਦੀ ਆ ਹੁਣ ਤੱਕ, ਕਿਉਂਕਿ ਖੱਟਰ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਕਾਨੂੰਨ ਦੇ ਮੁਤਾਬਕ ਹੀ ਦੇ ਰਹੇ ਹਾਂ। ਪਰ ਇਹ ਕਾਨੂੰਨ ਚਲੋ ਸਿੱਖਾਂ 'ਤੇ ਨਹੀਂ ਲਾਗੂ ਹੁੰਦਾ ਪਰ ਹੋਰ ਕਿਸੇ 'ਤੇ ਵੀ ਨਹੀਂ ਹੋਇਆ ਕਿ ਉਹਨੂੰ ਪਰੋਲ ਦਿੱਤੀ ਜਾਂਦੀ ਆ ਜਾਂ ਹੋਰ ਕੁਛ ਕੀਤਾ ਜਾਂਦਾ। ਸੋ ਅਸੀਂ ਬੜੀ ਹੈਰਾਨੀ ਇਸ ਗੱਲ ਦੀ ਕਿ ਇਹ ਦੇਸ਼ ਦੇ ਵਿੱਚ ਵੱਡਾ ਦਾਅਵਾ ਕੀਤਾ ਜਾ ਰਿਹਾ ਕਿ ਮੋਦੀ ਹੈ ਤਾਂ ਮੁਮਕਿਨ ਹੈ। ਇਹ ਮੋਦੀ ਫੇਸ ਨੂੰ ਲੈ ਕੇ ਤੀਜੀ ਵਾਰ ਮੈਦਾਨ ਵਿੱਚ ਨੇ ਭਾਰਤੀ ਜਨਤਾ ਪਾਰਟੀ। ਕੀ ਹੁੰਦਾ ਕੀ ਨਹੀਂ ਹੁੰਦਾ ਇਹ ਤਾਂ ਜਿਹੜੇ ਵੋਟਰ ਮਹਾਰਾਜ ਹੀ ਇਹ ਗੱਲ ਦੱਸਣਗੇ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਹਰਿਆਣਾ ਦੇ ਵਿੱਚ ਕਿਉਂ ਰਾਮ ਰਹੀਮ ਹੈ ਤਾਂ ਮੁਮਕਿਨ ਹੈ ਦੀ ਗੱਲ ਕਿਉਂ ਦੇਖੀ ਜਾਂਦੀ ਆ। ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਹਰਿਆਣਾ ਵਿੱਚ ਐਡੇ ਮਾੜੇ ਹੋ ਗਏ ਨੇ ਕਿ ਉਹ ਹੁਣ ਰਾਮ ਰਹੀਮ ਦੀਆਂ ਫੌੜੀਆਂ ਦੇ ਨਾਲ ਸੱਤਾ ਵਿੱਚ ਆਉਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ? ਬਹੁਤ ਮਾੜੀ ਗੱਲ ਆ। ਇਸ ਦੇ ਨਾਲ ਸਾਡੇ ਸਮਾਜਿਕ ਵਰਤਾਰੇ ਵਿੱਚ ਬਹੁਤ ਮਾੜੀ ਗੱਲ ਹੋਈ ਅਤੇ ਖਾਸ ਤੌਰ 'ਤੇ ਨਿਆਂਪਾਲਿਕਾ ਦੀ ਇਸ ਗੱਲ ਦੇ ਵਿੱਚ ਵੱਡੀ ਹੇਠੀ ਸੀ ਜਿਨ੍ਹਾਂ ਨੇ ਉਸ ਨੂੰ ਸਜ਼ਾ ਦਿੱਤੀ ਪਰ ਸਰਕਾਰਾਂ ਨੇ ਉਹਨੂੰ ਬਖਸ਼ਿਆ। ਅਸੀਂ ਤਾਂ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਉਹਨੂੰ ਤੁਸੀਂ ਰਿਹਾ ਹੀ ਕਰ ਦਿਓ ਆਪਣੇ ਵੱਡਾ ਆਪਣਾ ਵੱਡਾ ਕੋਈ ਜਿਹਦਾ ਕਾਨੂੰਨ ਦਾ ਨੁਕਤਾ ਕੱਢ ਕੇ। ਪਰ ਅੱਜ ਹਾਈਕੋਰਟ ਨੇ ਜਿਹੜੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੀ ਇਸ ਰਿੱਟ 'ਤੇ ਸਾਨੂੰ ਥੋੜ੍ਹੀ ਜਿਹੀ ਸੰਤੁਸ਼ਟੀ ਹੈ। ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹਾਈਕੋਰਟ ਨੇ ਜੋ ਡਾਟਾ ਮੰਗਿਆ ਉਹ ਵੀ ਦੇਣਗੇ ਅਤੇ ਅੱਗੇ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਹਾਈਕੋਰਟ ਤੋਂ ਮਨਜ਼ੂਰੀ ਲੈਣੀ ਪਏਗੀ। ਕੁਛ ਨਾ ਕੁਛ ਇਸ ਗੱਲ ਦੀ ਰਾਹਤ ਹੈ, ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਹਾਈਕੋਰਟ ਹੈ ਇਸ ਦਾ ਕਿੰਨਾ ਗੰਭੀਰ ਨੋਟਿਸ ਲੈਂਦੀ ਆ। ਜਿਹੜੀਆਂ ਗੱਲਾਂ ਨੂੰ ਲੈ ਕੇ ਫੇਵਰ ਕੀਤੀ ਗਈ ਰਾਮ ਰਹੀਮ ਦੀ ਹਰਿਆਣਾ ਦੀ ਸਰਕਾਰ ਵੱਲੋਂ, ਸੋ ਇਸ ਮਾਮਲੇ 'ਤੇ ਚੰਗੀ ਗੱਲ ਕੋਈ ਹੋਊਗੀ ਤਾਂ ਉਸਨੂੰ ਚੰਗਾ ਹੀ ਕਹਾਂਗੇ। ਸੋ ਇਸ ਮਾਮਲੇ 'ਤੇ ਹਾਈਕੋਰਟ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ।